ਤੋਂ ਨਾਰਾਜ਼ ਚੱਲ ਰਹੇ ਜੀਐਸ ਬਾਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜੀਐਸ ਬਾਲੀ ਨੂੰ ਸਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਯਾਰ ਮੈਂ ਇਹ ਮੁਜਰ ਮੈਂ ਤੈਨੂੰ ਕਹਿਣਾ ਚਾਹੁੰਦਾ ਹੈ, ਆ ਘਟਿਆ ਪਨ ਹੈ, ਆ ਕੈਰੈਕਟਰ ਬੰਦੇ ਦਾ ਸ਼ੋ ਕਰਦਾ ਹੈ। ਹਰ ਬੰਦੇ ਦੀ ਕੋਈ ਪਰਸਨਲ ਗੱਲ ਹੁੰਦੀ ਹੈ, ਵਾਈ ਸ਼ੁੱਡ ਇਹ ਜੀ ਗੱਲ 'ਚ ਆਉਣਾ? ਕਲੀਅਰਲੀ ਸ਼ੋਜ਼ ਕਿ ਉਹ ਬੰਦਾ ਕਹਿ ਜਾ। ਯਾਰ ਕੁਛ ਵੀ ਹੋਏ, ਹਰ ਬੰਦੇ ਦਾ ਰਾਈਟ ਹੈ, ਹਰ ਬੰਦੇ ਦਾ ਰਾਈਟ ਹੈ ਆਪਣਾ ਕੋਈ ਪੋਲੀਟੀਕਲ ਲਾਈਨ ਦੇਖਣੀ। ਸੋ ਜੇ ਇਹ ਅਸੀਂ ਦੱਸਣ ਲੱਗ ਜਾਈਏ ਤਾਂ ਕ੍ਰੈਡੀਬਿਲਟੀ ਕਿੱਥੇ ਹੋਊਗੀ ਕਿਸੇ ਇਨਸਾਨ ਦੀ? ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿੰਨੇ ਪੰਜਾਬ 'ਚ ਆਪਣੇ ਪੰਜਾਬੀ ਵੱਸਦੇ ਆ, ਉਨੇ ਪੰਜਾਬੀ ਉਹ ਤੋਂ ਵੱਧ ਪੰਜਾਬੀ ਬਾਹਰ ਵੱਸਦੇ ਆ। ਪੰਜਾਬੀ ਬਾਹਰ ਅਤੇ ਪੰਜਾਬ ਵਾਲੇ ਇਸ ਇੰਟਰੈਕਸ਼ਨ ਤਾਂ ਰਹਿੰਦਾ। ਸੋ ਇਟਸ ਗੁੱਡ ਦੇਅਰ ਇਨਵੋਲਵਮੈਂਟ ਹੋਏ ਇੱਥੇ, ਕਿਉਂਕਿ ਜਿੰਨੀ ਇਨਵੋਲਵਮੈਂਟ ਹੋਊਗੀ ਉਨਾ ਹੀ ਚੰਗਾ ਰਹਿੰਦਾ, ਰਿਲੇਸ਼ਨਸ਼ਿਪਸ ਬਿਲਡ ਹੁੰਦੀਆਂ ਐਂਡ ਦੇ ਸ਼ੁੱਡ ਬੀ ਏਬਲ ਟੂ ਸਟਰੈਂਥਨ ਦ ਸਟੇਟ ਆਫ ਪੰਜਾਬ। ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, 13 ਜਦੋਂ ਨੈਕਸਟ ਇਲੈਕਸ਼ਨ ਦਾ ਰਿਜ਼ਲਟ ਹੈ ਨਾ 23 ਤਰੀਕ ਨੂੰ, ਉਹਦੇ ਬਾਅਦ ਕਾਂਗਰਸ ਨਹੀਂ ਰਹਿਣੀ ਇੱਥੇ। ਮੈਂ ਤੁਹਾਨੂੰ ਅੱਜ ਦੱਸਾਂ, ਯੂ ਵਿਲ ਸੀ ਅ ਕਲੀਅਰ ਲੈਂਡ ਸਲਾਈਡ। ਮੈਂ ਤੁਹਾਨੂੰ ਹੋਰ ਦੱਸਾਂ, ਮੈਂ ਹੁਣੀ ਪਟਿਆਲੇ 'ਚ ਆਇਆ। ਪਟਿਆਲੇ ਵਿੱਚ ਲੜਾਈ ਸ਼੍ਰੋਮਣੀ ਅਕਾਲੀ ਦਲ ਅਤੇ ਗਾਂਧੀ ਨਾਲ ਹੈ, ਪ੍ਰਨੀਤ ਕੌਰ ਤੀਜੇ ਨੰਬਰ 'ਤੇ ਹੈ। ਪੰਜਾਬ 'ਚ ਓਵਰਆਲ ਕਾਂਗਰਸ ਨਾਲ ਹੈ, ਪਰ ਪਟਿਆਲੇ 'ਚ ਗਾਂਧੀ ਨਾਲ ਹੈ, ਤੀਜੇ ਨੰਬਰ 'ਤੇ ਮਾਰਾ ਨਹੀਂ ਹੈ। ਸਾਡੇ ਉਮੀਦਵਾਰ ਪਤਾ, ਅਸੀਂ ਅਨਾਊਂਸ ਕਰਨ ਦੀ ਲੋੜ ਥੋੜ੍ਹੀ, ਅਸੀਂ ਤਾਂ ਕਾਗਜ਼ ਭਰਾਂਗੇ। ਦੇਖੋ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਅਮਰਿੰਦਰ ਸਿੰਘ ਸਾਹਿਬ ਫੇਲਿਓਰ, ਗੌਰਮੈਂਟ ਪੰਜਾਬ ਦੀ ਫੇਲ, ਅਮਰਿੰਦਰ ਸਿੰਘ ਸਾਹਿਬ ਨਾਕਾਮਯਾਬ। ਜਿਹੜੇ ਆਪਣੇ ਵਰਕਰ ਔਰ ਆਪਣੇ ਆਪਣੇ ਪਾਰਟੀ ਦੇ ਅਹੁਦੇਦਾਰ, ਮੈਨੂੰ ਅਮਰਿੰਦਰ ਸਿੰਘ ਜੀ ਨੇ ਹੀ ਸਪੋਕਸਮੈਨ ਬਣਾਇਆ ਸੀ। ਅੱਜ ਅਗਰ ਮੇਰੀ ਨਿਰਾਸ਼ਾ ਸੀ ਤਾਂ ਉਹਦੇ ਕਾਰਨ ਮੈਂ ਸਾਰੇ ਮੀਡੀਆ ਨੂੰ ਪਹਿਲੇ ਦੱਸ ਗਿਆ ਕਿ ਜਿਹੜੀ ਨਾਕਾਮ ਸਰਕਾਰ, ਲੋਕਾਂ ਨਾਲ ਧੋਖਾ ਜਿਹੜਾ ਅਮਰਿੰਦਰ ਸਿੰਘ ਜੀ, ਇਹ ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਪਿਛਲੇ 4 ਦਿਨ ਤੋਂ ਇਹ ਗੱਲ ਕਰ ਰਿਹਾ। ਲੋਕ ਮਾਰੂ ਸਰਕਾਰ ਜਿਹੜੀ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ, ਵਰਕਰ ਨੂੰ ਮਾਰੀ ਜਿਹੜੀ ਸਰਕਾਰ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ। ਕਾਂਗਰਸ ਨੂੰ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਬੰਦੇ ਬਿਠਾਏ ਕਾਂਗਰਸ ਭਵਨ 'ਚ, ਕਾਂਗਰਸ ਨੂੰ ਵੇਚ ਕੇ ਖਾ ਗਏ। ਮੈਂ ਅਮਰਿੰਦਰ ਸਿੰਘ ਜੀ ਨੂੰ 18 ਵਾਰੀ ਮਿਲਿਆ ਹੈਗਾ, 18 ਵਾਰੀ ਦੇ ਵਿੱਚੋਂ ਮੈਂ 9 ਵਾਰੀ ਅਮਰਿੰਦਰ ਸਿੰਘ ਜੀ ਨੂੰ 10 ਵਾਰੀ ਇਸ ਗੱਲ ਤੋਂ ਆਗਾਹ ਕਰਾਇਆ ਕਿ ਸਰਕਾਰ ਦੇ ਪੱਲੇ ਕੁਛ ਨਹੀਂ ਰਿਹਾ ਸਰ, ਸਰਕਾਰ ਦੇ ਲੋਕਾਂ ਦੀ ਵਰਕਰਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਹੈਗੀ। ਤਾਂ ਮੈਂ ਸੁਖਬੀਰ ਸਿੰਘ ਬਾਦਲ ਜੀ ਅਕਾਲੀ ਦਲ ਦੇ ਅਧਿਆਕਸ਼, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇੱਕ ਗਰੀਬ ਆਦਮੀ ਦੇ ਘਰ ਆ ਕੇ ਉਹਨਾਂ ਨੇ ਮੈਨੂੰ ਸਰੋਪਾ ਬਣਾਇਆ ਔਰ ਅਕਾਲੀ ਦਲ ਦੇ ਵਿੱਚ ਆਪਣਾ ਮਾਨ ਸਨਮਾਨ ਦਿੱਤਾ। ਅਮਰਿੰਦਰ ਸਿੰਘ ਸਾਹਿਬ, ਇਹੀ ਤਾਂ ਤੁਹਾਡੇ ਕੋਲੋਂ ਮੰਗਦੇ ਸੀ ਅਸੀਂ, ਅੱਜ ਕਾਂਗਰਸ ਦਾ ਵਰਕਰ ਵੀ ਜਿਹੜਾ ਹੈਗਾ ਤੁਹਾਡੇ ਕੋਲ ਮਾਨ ਸਨਮਾਨ ਹੀ ਮੰਗਦਾ ਸੀ। ਮੈਂ 2 ਸਾਲ ਤੱਕ ਤੁਹਾਨੂੰ ਆਗਾਹ ਕਰਾਉਂਦਾ ਰਿਹਾ, ਤੁਸੀਂ ਕਾਂਗਰਸ ਦਫ਼ਤਰ ਦੇ ਵਿੱਚ ਨਹੀਂ ਆਏ, ਅੱਜ ਤੁਸੀਂ ਇੱਕ ਹਫ਼ਤੇ 'ਚ 2 ਵਾਰੀ ਆ ਗਏ। ਆਹੀ ਤਾਂ ਮੈਂ ਤੁਹਾਨੂੰ ਕਹਿੰਦਾ ਸੀ ਕਿ ਤੁਹਾਡੀ ਫੋਰਸ ਉਹ ਤੁਹਾਡੇ ਲੋਕ ਜਿਹੜੇ ਨੇ ਉਹ ਤੱਕੇ ਹੀ ਮਾਰਦੇ ਸੀ ਕਾਂਗਰਸ ਦੇ ਵਰਕਰਾਂ ਨੂੰ, ਅਤੇ ਹੁਣ ਤੁਸੀਂ ਕਹਿੰਦੇ ਹੋ ਤਕੜੇ ਹੋ ਜਾਓ। ਤਕੜੇ ਕਿੱਥੋਂ ਹੋ ਜਾਈਏ, 2 ਸਾਲ 'ਚ ਕਿਸੇ ਸੈਕਟਰੀ ਦਾ ਕੰਮ ਕੀਤਾ ਹੋਵੇ, 2 ਸਾਲ 'ਚ ਕਿਸੇ ਜਨਰਲ ਸੈਕਟਰੀ ਦਾ ਕੰਮ ਕੀਤਾ ਹੋਵੇ ਜਾਂ ਕਿਸੇ ਸਪੋਕਸਮੈਨ ਦਾ ਕੰਮ ਕੀਤਾ ਹੋਵੇ, ਅਸੀਂ ਉਹਦੇ ਗੁਨਾਹਗਾਰ। ਰਹੀ ਗੱਲ ਮੁੱਦਿਆਂ ਦੀ, ਮੈਂ ਲੋਕਾਂ ਨੂੰ ਆਹਵਾਨ ਕਰਦਾ ਪੰਜਾਬੀਆਂ ਨੂੰ, ਮੁੱਦਿਆਂ ਦੇ ਵੋਟ ਦੇ ਦੇਣਾ। ਅਗਰ ਅਮਰਿੰਦਰ ਸਿੰਘ ਸਾਹਿਬ ਨੇ ਅਗਰ ਕੋਈ ਕੰਮ ਕੀਤਾ ਹੋਵੇ, ਲੋਕ ਮਾਰੀ ਸਰਕਾਰ ਨੇ, ਇਹਨਾਂ ਨੇ ਲੋਕਾਂ ਨੂੰ ਮਾਰਿਆ, ਤਾਂ ਵੋਟ ਜ਼ਰੂਰ ਦੇ ਦੇਣਾ ਇਹਨਾਂ ਨੂੰ, ਨਹੀਂ ਤਾਂ ਹੋਰ ਵੋਟ ਹੁਣ ਅਕਾਲੀ ਦਲ ਨੂੰ ਦੇਣਾ। ਅਸੀਂ ਤਾਂ ਇੰਨੀ ਗੱਲ ਕਹਾਂਗੇ। ਕੀ ਦੇਖ ਰਹੇ ਹੋ ਪਟਿਆਲਾ ਟੀਵੀ? ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।